ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਇੱਕ ਸੀਰੀਜ਼ ਜੋ ਅਸੀਂ ਸ਼ੁਰੂ ਕੀਤੀ ਪਿਛਲੇ 3 ਹਫ਼ਤੇ ਪਹਿਲਾਂ, ਜਿਸ ਦੇ ਵਿੱਚ ਕਿ ਭਗਤ ਰਵਿਦਾਸ ਜੀ ਦੇ ਜੀਵਨ ਸੰਬੰਧੀ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਉਸ ਬਾਰੇ ਵਿਚਾਰ ਵਟਾਂਦਰਾ ਹੋਇਆ ਸੀ। ਸੋ ਅੱਜ ਭਗਤ ਜੀ ਦੇ ਜਿਹੜੇ ਸ਼ਬਦ ਨੇ, 40 ਸ਼ਬਦ ਜੋ ਅੰਕਿਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਸ ਦੀ ਵਿਆਖਿਆ ਦਾ ਆਰੰਭ ਕਰਦੇ ਹਾਂ ਭਾਈ ਜਸਬੀਰ ਸਿੰਘ ਜੀ ਨਾਲ। ਭਾਈ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਗਤ ਰਵਿਦਾਸ ਜੀ ਨੂੰ ਜੀ ਅਸੀਂ ਕਹਿੰਦੇ ਇੱਕ ਸੋਸ਼ਲ ਰਿਫੋਰਮਰ ਸਨ, ਇੱਕ ਰੈਵੋਲਿਊਸ਼ਨਰੀ ਸਨ, ਜਿਨ੍ਹਾਂ ਨੇ ਕਿ ਲੋਕਾਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਸੋਚ ਉਸ ਸਮੇਂ ਜਾਗਰਿਤ ਕੀਤੀ। ਭਾਵੇਂ ਸੋ ਕਾਲਡ ਨੀਵੀਂ ਜਾਤ ਤੋਂ ਸਨ ਉਹ, ਲੇਕਿਨ ਉਹਨਾਂ ਨੇ ਪ੍ਰਭਾਵਿਤ ਕੀਤਾ ਹਰ ਇੱਕ ਉਹ ਵਿਅਕਤੀ ਨੂੰ ਜਿਹੜਾ ਕਿ ਰੱਬ ਨੂੰ ਮਿਲਣ ਦੀ ਚਾਹ ਰੱਖਦਾ ਸੀ, ਜਿਹੜਾ ਇਨਸਾਨੀਅਤ ਵਿੱਚ ਬਿਲੀਵ ਕਰਦਾ ਸੀ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਜਿਹੜੇ 40 ਸ਼ਬਦ ਅੰਕਿਤ ਨੇ ਜੀ, ਆਓ ਸ਼ੁਰੂਆਤ ਕਰਦੇ ਹਾਂ। ਪਹਿਲਾਂ ਕਿਹੜਾ ਸ਼ਬਦ ਇੱਥੇ ਕੀ ਕਹਿੰਦੇ ਨੇ ਭਗਤ ਰਵਿਦਾਸ? ਭਗਤ ਜੀ ਦੇ ਜਿਹੜੇ ਕੁੱਲ ਸ਼ਬਦ ਆ ਜੀ ਗੁਰੂ ਗ੍ਰੰਥ ਸਾਹਿਬ ਦੇ 40 ਸ਼ਬਦ ਆ, ਠੀਕ, ਜਿਹੜੇ 16 ਰਾਗਾਂ ਵਿੱਚ ਵੱਖ ਵੱਖਰੇ ਰਾਗਾਂ ਵਿੱਚ ਉਹਨਾਂ ਦੇ ਸ਼ਬਦ ਆ ਜੀ। ਜਿਹੜਾ ਪਹਿਲਾ ਹੀ ਰਾਗ ਆ ਸਿਰੀ ਰਾਗ ਜੀ, ਉਹਦੇ ਵਿੱਚ ਆਪ ਜੀ ਦਾ ਇੱਕ ਸ਼ਬਦ ਇਸੇ ਪਹਿਲੇ ਰਾਗ ਵਿੱਚ ਆ, ਔਰ ਇੱਕੋ ਸ਼ਬਦ ਆ ਇਸ ਰਾਗ ਵਿੱਚ, ਠੀਕ। ਇੱਥੋਂ ਅਸੀਂ ਸ਼ੁਰੂਆਤ ਕਰਦੇ ਹਾਂ। ਭਗਤ ਜੀ ਬਾਰੇ ਗੱਲ ਥੋੜ੍ਹਾ ਜਿਹਾ ਮੈਂ ਹੋਰ ਅਰਜ਼ ਕਰ ਦੇਵਾਂ ਕਿ ਜਿੰਨੇ ਵੀ ਮਹਾਂਪੁਰਸ਼ ਹੋਏ ਆ ਜੀ, ਜਿਹੜਾ ਉਹਨਾਂ ਦੀ ਬੁਨਿਆਦੀ ਸੋਚ ਆ ਉਹ ਸੋਚ ਵਿੱਚ ਕੋਈ ਵੱਖਰਾਪਨ ਨਹੀਂ, ਰਾਈਟ, ਜਿਹੜੇ ਅਸੀਂ ਰੈਵੋਲਿਊਸ਼ਨਰੀ ਸ਼ਬਦ ਵੀ ਵਰਤਦੇ ਹਾਂ ਜੀ, ਵਟ ਐਵਰ ਅਸੀਂ ਜੋ ਵੀ ਨਾਂ ਦੇ ਦਈਏ, ਜਿਹੜੇ ਖਾਸ ਤੌਰ 'ਤੇ ਧਾਰਮਿਕ ਖੇਤਰ ਨਾਲ ਸੰਬੰਧਿਤ ਮਹਾਂਪੁਰਸ਼ ਆ ਜੀ, ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਜਿਹੜੀਆਂ ਕਹਾਣੀਆਂ ਪ੍ਰਚਲਿਤ ਆ ਉਹਨਾਂ ਨੂੰ ਨਹੀਂ, ਬਲਕਿ ਸੱਚਮੁੱਚ ਜੋ ਉਹਨਾਂ ਦੀ ਬੁਨਿਆਦੀ ਸਿੱਖਿਆਵਾਂ, ਉਹਨਾਂ ਵਿੱਚ ਸਾਨੂੰ ਕੋਈ ਬੁਨਿਆਦੀ ਅੰਤਰ ਨਜ਼ਰ ਨਹੀਂ ਆਉਂਦਾ। ਬਿਲਕੁਲ। ਹਾਂ, ਜਿਹੜਾ ਇਹਨਾਂ ਦੀ ਸ਼ਖਸੀਅਤ ਦਾ ਪੱਖ ਉੱਭਰ ਕੇ ਵੱਖਰਾਪਣ ਦਰਸਾਉਂਦਾ ਜੀ, ਕਿ ਜਿਸ ਵਰਗ ਨੂੰ ਸਦੀਆਂ ਤੋਂ ਲਤਾੜਿਆ ਜਾ ਰਿਹਾ ਸੀ, ਜਿਹਨਾਂ ਲਈ ਧਰਮ ਮੰਦਰਾਂ ਦੇ ਦਰਵਾਜ਼ੇ ਬੰਦ ਸੀ, ਪਾਠਸ਼ਾਲਾ ਦੇ ਦਰਵਾਜ਼ੇ ਬੰਦ ਸੀ, ਜਿਨ੍ਹਾਂ ਦੇ ਜਿਹੜੇ ਜਮਾਂਦਰੂ ਹੋਰ ਸਧਾਰਨ ਹੱਕ ਆ ਉਹ ਹੱਕਾਂ ਤੋਂ ਵੀ ਉਹਨਾਂ ਨੂੰ ਵਾਂਝਿਆ ਰੱਖਿਆ ਹੋਇਆ ਸੀ ਜੀ, ਜਿਹਨਾਂ ਬਾਰੇ ਕੇਵਲ ਇਹੀ ਪ੍ਰਚਾਰ ਆਇਆ ਸੀ ਕਿ ਇਹਨਾਂ ਦਾ ਆਉਣ ਦਾ ਮਕਸਦ ਇੱਕੋ ਹੀ ਆ ਕਿ ਕਤ ਜਿਹੜੀ ਉੱਚੀ ਜਾਤ ਦੀ ਇਹਨਾਂ ਦੀ ਸੇਵਾ ਕਰਨਾ, ਬਲਕਿ ਇਹ ਵੀ ਇੱਕ ਹਿਊਮਨ ਬੀਂਗ ਆ, ਇਹਨਾਂ ਦੀ ਵੀ ਕੋਈ ਇਛਾਵਾਂ, ਇਸ ਨੂੰ ਟੋਟਲੀ ਇਗਨੋਰ ਕੀਤਾ ਹੋਇਆ ਸੀਗਾ, ਰਾਈਟ, ਪਰ ਉਸ ਵਰਗ ਨਾਲ ਸੰਬੰਧ ਰੱਖ ਕੇ ਇਹਨਾਂ ਦਾ ਅਧਿਆਤਮਿਕ ਖੇਤਰ ਵਿੱਚ ਵਿਚਦਿਆਂ 29 ਟੀਸੀਆਂ ਨੂੰ ਛੋਣਾ ਜੀ, ਜਿਸ ਦੇ ਹਰ ਇੱਕ ਵਰਗ, ਚਾਹੇ ਕਥਿਤ ਉੱਚ ਜਾਤੀਆ ਸੀ, ਚਾਹੇ ਉਹ ਸੋ ਕਾਲ ਨੀਵੀਂ ਜਾਤ ਦਾ ਸੀ, ਉਹ ਉਹਨਾਂ ਦੇ ਚਰਨਾਂ 'ਚ ਬੈਠਿਆ ਕਿ ਬੈਠਣ ਲਈ ਮਜਬੂਰ ਹੋ ਗਿਆ, ਰਾਈਟ। ਇਹ ਪੱਖ ਜਿਹੜਾ ਉਹਨਾਂ ਦੀ ਸ਼ਖਸੀਅਤ ਦਾ ਸਾਨੂੰ ਜਿਹੜਾ ਉਹ ਜ਼ਰੂਰ ਵਖਰਿਆਉਂਦਾ, ਠੀਕ, ਇਹਨਾਂ ਦੀ ਮਹਾਨ ਸ਼ਖਸੀਅਤ ਨੂੰ, ਪਰ ਜਿਹੜੀਆਂ ਸ਼ਿਕਸ਼ਾਵਾਂ, ਮੂਲ ਸ਼ਿਕਸ਼ਾਵਾਂ ਜਿਹੜੀਆਂ ਜੀ, ਉਹ ਜਾਂ ਇਹਨਾਂ ਦੇ ਜਿਹੜੇ ਜਾਂ ਗੁਰਭਾਈ ਵੀ ਕਈ ਆਖਦੇ ਆ, ਕਬੀਰ ਸਾਹਿਬ ਜੀ, ਦੂਜੇ ਜਿਹੜੇ ਮਹਾਂਪੁਰਸ਼ ਆ ਜੀ, ਉਹਨਾਂ ਵਿੱਚ ਅਸੀਂ ਸਮਾਨਤਾ ਦੇਖਦੇ ਹਾਂ, ਠੀਕ, ਉਹਨਾਂ ਵਿੱਚ ਕੋਈ ਕਿ ਰੱਬ ਨਾਲ ਜੁੜਿਆ ਹੀ ਅਸੀਂ ਉੱਚੇ ਬਣ ਸਕਦੇ ਹਾਂ, ਜਨਮ ਤੋਂ ਕੋਈ ਉੱਚਾ ਨਹੀਂ, ਠੀਕ, ਨਾ ਨੀਵਾਂ, ਉੱਚਾ ਜਾਂ ਨੀਵਾਂ ਮਨੁੱਖ ਨੂੰ ਮਨੁੱਖ ਦੇ ਕਰਮ ਬਣਾਉਂਦੇ ਆ, ਠੀਕ, ਔਰ ਇਹ ਗੱਲ ਇਹਨਾਂ ਨੇ ਸਾਬਤ ਕੀਤੀ ਆ, ਆਮ ਮਨੁੱਖਤਾ ਨੂੰ ਚੰਗੀ ਤਰ੍ਹਾਂ ਇਹ ਗੱਲ ਦ੍ਰਿੜ ਕਰਵਾਈ ਆ, ਠੀਕ। ਤੋ ਖੈਰ ਇਹਨਾਂ ਦੇ ਸ਼ਬਦ ਜਿਹੜਾ ਪਹਿਲਾ ਉਹ ਸ੍ਰੀ ਰਾਗ ਦਾ ਸ਼ਬਦ ਆ ਜੀ, ਜਿਸ ਵਿੱਚ ਜਿਹੜੀ ਰਹਾਉ ਦੀ ਪੰਕਤੀ ਆ ਉਹ ਆ, ਜੋ ਪੈ ਹਮਨੇ ਪਾਪ ਕਰਾਂਤਾ ਅਹੇ ਅਨੰਤਾ, ਪਤਤ ਪਾਉ ਨਾਮ ਕੈਸੇ ਹੁੰਤਾ ਜੀ, ਇਸ ਸ਼ਬਦ ਦੀ ਰਹਾਉ ਦੀਆਂ ਤੁਕਾਂ ਜੀ। ਇਹਦੇ ਬਾਰੇ ਜਿਵੇਂ ਜਿਹੜੀ ਮੈਂ ਕਿਤਾਬ ਖੋਲ੍ਹ ਕੇ ਰੱਖੀ ਆ ਸਾਹਮਣੇ, ਇਹਦੇ ਵਿੱਚ ਵੀ ਇਸ ਤਰ੍ਹਾਂ ਦਿੱਤਾ ਹੋਇਆ, ਅਤੇ ਆਮ ਕਈ ਸਾਡੇ ਪ੍ਰਚਾਰਕ ਰਾਗੀ ਸਾਹਿਬਾਨ ਕਈ ਵਾਰਾਂ ਇਸ ਸ਼ਬਦ ਬਾਰੇ ਇਹ ਕਹਾਣੀ ਇਹੋ ਜਿਹੀ ਕਿਤਾਬਾਂ 'ਚੋਂ ਪੜ੍ਹ ਕੇ ਸੁਣਾਉਂਦੇ ਵੀ ਹੁੰਦੇ ਆ। ਓਕੇ, ਮੈਂ ਥੋੜ੍ਹਾ ਸੰਖੇਪ ਵਿੱਚ ਜਿਹੜਾ ਉਹਦਾ ਜ਼ਿਕਰ ਕਰ ਦੇਵਾਂ, ਤਾਂ ਕਿ ਜਿਹੜੇ ਵੀਰ ਪੈਰ ਪ੍ਰੋਗਰਾਮ ਦੇਖ ਰਹੇ ਆ ਤੋ ਦੇਖਣਗੇ ਕਿਸ ਤਰ੍ਹਾਂ ਨਾਲ ਇਹਦੇ ਮਹਾਂਪੁਰਸ਼ਾਂ ਦੇ ਐਸੇ ਬੋਲਾਂ ਨਾਲ ਵੀ ਐਸੇ ਲੋਕਾਂ ਨੇ ਖਿਲਵਾੜ ਕੀਤਾ ਹੋਇਆ, ਜਿਹੜਾ ਸੱਚ ਜਿਹੜਾ ਉਹਨੂੰ ਕਿਸ ਤਰ੍ਹਾਂ ਨਾਲ ਵਿੰਗੇ ਟੇਢੇ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਕਹਿੰਦੇ ਆ ਭਗਤ ਜੀ ਰੱਬ ਉਹਨਾਂ ਦੇ ਸਾਹਮਣੇ ਸਾਕਸ਼ਾਤ ਹੋਏ। ਓਕੇ, ਭਗਤ ਜੀ ਨੇ ਜਾ ਕੇ ਉਹਨਾਂ ਨੂੰ ਨਮਸਕਾਰ ਕੀਤੀ,
ਰੱਬ ਇੱਕਦਮ ਤਰਬ ਕੇ ਪਰਾਂ ਜਾ ਖੜਾ ਹੋਇਆ, ਕਹਿਣ ਲੱਗਾ ਉਹ ਰੂਪਦਾਸ ਆ ਮੌਕਾ ਨੂੰ ਮੈਨੂੰ ਸੁਣਨਾ ਲਏ ਸ਼ਬਦ ਜਿਹੜੇ ਲਿਖੇ ਆ ਜੋ ਲਿਖੇ ਜੋ ਜਾਂ ਸੁਣਾਏ ਜਾਂਦੇ ਜਿਸ ਤਰ੍ਹਾਂ ਜੀ ਤਾਂ ਮੈਂ ਉਹਨਾਂ ਨੂੰ ਦੁਹਰਾ ਰਿਹਾ। ਮੇਰੀ ਆਪਣੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਮੈਂ ਸ਼ਬਦ ਵਰਤਾਂ, ਰਾਈਟ, ਪਰ ਕਿਉਂਕਿ ਦਰਸਾਉਣ ਲਈ ਕਿ ਕਿਸ ਤਰ੍ਹਾਂ ਨਾਲ ਐਸੇ ਲੋਕਾਂ ਨੇ ਐਸੇ ਮਹਾਂਪੁਰਸ਼ਾਂ ਨਾਲ ਵੀ ਖਿਲਵਾੜ ਕੀਤੇ ਹੋਏ ਆ ਤਾਂ ਮੈਨੂੰ ਮਜਬੂਰੀ ਸ਼ਬਦ ਵਰਤਣੇ ਪੈ ਰਹੇ ਆ। ਅਤੇ ਆਖਿਆ ਤੂੰ ਤਾਂ ਨੀਵੀਂ ਜਾਤ ਦਾ ਸ਼ੂਦਰ ਆ, ਤੂੰ ਤਾਂ ਮੈਨੂੰ ਵੀ ਭੇਟ ਦਿੱਤਾ, ਮੇਰਾ ਧਰਮ ਵੀ ਭ੍ਰਿਸ਼ਟ ਕਰ ਦਿੱਤਾ। ਮਤਲਬ ਹੈਰਾਨਗੀ ਦੀ ਗੱਲ ਕਿ ਰੱਬ ਦਾ ਧਰਮ ਵੀ ਭ੍ਰਿਸ਼ਟ ਹੋ ਗਿਆ, ਬੰਦਿਆਂ ਦਾ ਤਾਂ ਹੁੰਦਾ ਹੀ ਆ, ਰੱਬ ਦਾ ਵੀ ਧਰਮ, ਰੱਬ ਦਾ ਵੀ ਧਰਮ ਰੱਬ ਦੇ ਮੂੰਹੋਂ ਅਖਵਾਇਆ ਆ, ਰਾਈਟ, ਕਿ ਤੂੰ ਤਾਂ ਮੇਰਾ ਧਰਮ ਵੀ ਭ੍ਰਿਸ਼ਟ ਕਰ ਦਿੱਤਾ। ਅੱਛਾ ਜੀ, ਮੈਨੂੰ ਯਾਦ ਆ ਚਿਰ ਹੋਇਆ ਜਿੱਥੇ ਮੈਂ ਸੇਵਾ ਕਰਦਾ ਉੱਥੇ ਇੱਕ ਰਾਗੀ ਸਾਹਿਬਾਨ, ਉਹਨਾਂ ਨੇ ਸਾਖੀ ਜਿਹੜੀ ਉਹ ਸੰਗਤਾਂ ਸੁਣਾਈ ਜੀ। ਬਾਅਦ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਜੋ ਸੁਣਾ ਰਹੇ ਸੀਗੇ ਕੀ ਸੁਣਾ ਰਹੇ ਸੀ, ਕਿ ਸੱਚਮੁੱਚ ਰੱਬ ਵੀ ਜਿਹੜਾ ਪ੍ਰਿਸ਼ਤਿਆ ਗਿਆ, ਰਾਈਟ। ਅਤੇ ਖੈਰ ਉਹਨਾਂ ਦੇਖਿਆ ਵੀ ਗੱਲ ਗੜਬੜ ਜਿਹੀ ਹੋ ਗਈ ਹੈ, ਮੈਨੂੰ ਕਹਿਣ ਲੱਗੇ ਨਹੀਂ ਉਹ ਰੱਬ ਮਜ਼ਾਕ ਕਰਦਾ ਸੀ ਉਹਨਾਂ ਨਾਲ, ਹਾਸਾ ਖੇਡੀ ਕਰਦਾ ਸੀਗਾ, ਮੈਂ ਤੁਸੀਂ ਗੱਲ ਆਖੀ ਸੀ ਦੇ ਤੇ, ਰਾਈਟ, ਨਹੀਂ ਜਾਂ ਤੁਸੀਂ ਕਹਿ ਦਿੰਦੇ, ਬਿਲਕੁਲ ਤੁਸੀਂ ਇਹਦੀ ਗੱਲ ਤਾਂ ਆਖੀ ਨਹੀਂ। ਤੋ ਖੈਰ ਅੱਜ ਵੀ ਜਿਹੜੀਆਂ ਇਹੋ ਜਿਹੀਆਂ ਇਸ ਤਰ੍ਹਾਂ ਮਨ ਘੜਤ ਸਾਖੀਆਂ ਜਿਹੜੀਆਂ ਜੀ, ਉਹ ਜਿਹਨਾਂ ਸ਼ਬਦਾਂ ਸਾਨੂੰ ਇਹਨਾਂ ਗੱਲਾਂ ਦਾ ਖੰਡਣ ਮਿਲਦਾ, ਉਹਨਾਂ ਨੂੰ ਇਹ ਜਿਹੜਾ ਅਸੀਂ ਆਪਣੀ ਪਾਣ ਚਾੜ ਕੇ ਉਹਨਾਂ ਦਾ ਰੂਪ ਵਿਗਾੜ ਦਿੰਦੇ ਹਾਂ ਜੀ। ਰੱਬ ਵੀ ਪ੍ਰਸਤਿਆ ਗਿਆ ਜਾਂ ਸਾਡੇ ਵਿੱਚ, ਅਸੀਂ ਇਹ ਜਿਹੜੇ ਮਹਾਂਪੁਰਸ਼ ਆ ਜਿਹਨਾਂ ਦੀ ਜਿਹਨਾਂ ਨੂੰ ਗੁਰੂ ਸਾਹਿਬਾਨ ਨੇ ਬੜਾ ਮਾਣ ਦਿੱਤਾ ਆਪਣੇ ਕੋਲ ਬਿਠਾਇਆ, ਰਾਈਟ, ਪਰ ਅਸੀਂ ਇਹਨਾਂ ਬਾਰੇ ਜ਼ਾਤ ਬਾਰੇ ਅੱਜ ਤੱਕ ਵੀ ਇਹਨੂੰ ਛੁਟਕਾਰਾ ਨਹੀਂ ਪਾ ਸਕੇ। ਐਂਡ ਅਫਸੋਸ ਕਿ ਉਹੀ ਸੋਚ ਜਿਹੜੀ ਅੱਜ ਵੀ ਸਾਡੇ ਜਾਤ ਪਾਤ ਰਾਹੀਂ ਸਾਨੂੰ ਡਿਵਾਈਡ ਕਰਦੀ ਜਾ ਰਹੀ ਹੈ, ਅਤੇ ਅਸੀਂ ਨਹੀਂ ਸਮਝ ਸਕ ਰਹੇ ਕਿ ਜਿੰਨੀ ਮਰਜ਼ੀ ਅਸੀਂ ਬਾਣੀ ਪੜ੍ਹ ਲਈਏ, ਜੋ ਮਰਜ਼ੀ ਕਰ ਲਈਏ, ਜਦ ਤੱਕ ਇਹਨਾਂ ਚੀਜ਼ਾਂ ਨੂੰ ਗ੍ਰਹਿਣ ਨਹੀਂ ਕਰਾਂਗੇ ਤਦ ਤੱਕ ਕੋਈ ਸਾਡਾ ਕਲਿਆਣ ਨਹੀਂ ਹੋਏਗਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇੱਥੋਂ ਹੀ ਕੰਟੀਨਿਊ ਕਰਦੇ ਹਾਂ ਜੀ। ਕੇਅਰਿੰਗ, ਕੰਫਰਟੇਬਲ ਐਂਡ ਕਟਿੰਗ ਐਜ, ਪੈਸੀਫਿਕ ਓਰਲ ਹੈਲਥ ਸੈਂਟਰ, ਉਹ ਥਾਂ ਜਿੱਥੇ ਵਾਜਿਬ ਕੀਮਤਾਂ ਵਿੱਚ ਬਿਹਤਰੀਨ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਰੂਟ ਕਨਾਲਸ ਐਕਸਟ੍ਰੈਕਸ਼ਨਸ ਜਾਂ ਬਿਨਾਂ ਦਰਦ ਐਸਥੈਟਿਕ ਫ੍ਰੀ ਲੇਜ਼ਰ ਡੈਂਟਿਸਟਰੀ, ਪੈਸੀਫਿਕ ਓਰਲ ਹੈਲਥ ਸੈਂਟਰ ਲੈ ਕੇ ਆਏ ਹਨ ਸਭ ਤੋਂ ਐਡਵਾਂਸ ਟੈਕਨੋਲੋਜੀ, ਬਿਨਾਂ ਕਿਸੇ ਇੰਸ਼ੋਰੈਂਸ ਜਾਂ ਇਨਕਮ ਸਟੈਟਸ ਦੇ ਵੀ ਤਸੱਲੀ ਬਖਸ਼ ਸੇਵਾਵਾਂ ਪ੍ਰਦਾਨ ਕਰਦੇ ਹਨ। ਪੈਸੀਫਿਕ ਓਰਲ ਹੈਲਥ ਸੈਂਟਰ, ਕਾਲ 604-536-2700। ਭਗਤ ਰਵਿਦਾਸ ਜੀ ਦਾ ਸ਼੍ਰੀ ਰਾਗ ਦੇ ਵਿੱਚ ਜਿਹੜਾ ਇਹ ਸ਼ਬਦ ਹੈ ਉਸਦੇ ਬਾਰੇ ਵਿਆਖਿਆ ਕਰ ਰਹੇ ਨੇ ਭਾਈ ਸਾਹਿਬ ਜਸਬੀਰ ਸਿੰਘ ਜੀ। ਆਓ ਇਸ ਸਫ਼ਰ ਵਿੱਚ ਮੁੜ ਤੋਂ ਜੁੜਦੇ ਹਾਂ, ਪਰ ਨਾਲ ਹੀ ਜਿਹੜੀਆਂ ਕਥਾ ਕਹਾਣੀਆਂ ਵੀ ਕਈ ਵਾਰੀਆਂ ਸਾਖੀਆਂ ਰਾਹੀਂ ਸੁਣਾਈਆਂ ਜਾਂਦੀਆਂ ਨੇ, ਇਹ ਦੋਨਾਂ ਨੂੰ ਲਿਆਉਣ ਦਾ ਮਕਸਦ ਇਹੀ ਹੈਗਾ ਕਿ ਕੰਪੈਰੀਜ਼ਨ ਅਸੀਂ ਆਪ ਕਰ ਸਕੀਏ ਅਤੇ ਨਿਰਣਾ ਕਰ ਸਕੀਏ ਕਿ ਭਗਤ ਰਵਿਦਾਸ ਜੀ ਕੀ ਕਹਿ ਰਹੇ ਨੇ ਅਤੇ ਕਿਸ ਤਰੀਕੇ ਨਾਲ ਤੋੜ ਮਰੋੜ ਕੇ ਖਿਲਵਾੜ ਕਰਕੇ ਉਹਨਾਂ ਦੀ ਹੀ ਬਾਣੀ ਨੂੰ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਜੀ। ਭਾਈ ਸਾਹਿਬ ਤੋਂ ਇਹੋ ਜਿਹੇ ਜਿਹੜੇ ਭਾਵ ਆ, ਰਾਈਟ, ਇਹਦੇ ਗੁਰਬਾਣੀ ਵਿੱਚ ਹੋਰ ਥਾਂ ਬਹੁਤ ਸਾਰੇ ਆਏ ਹੋਏ ਆ, ਕੇਵਲ ਭਗਤ ਜੀ ਦੇ ਸ਼ਬਦ ਵੀ ਇਸ ਸ਼ਬਦ ਵਿੱਚ ਹੀ ਨਹੀਂ ਬਲਕਿ ਹੋਰ ਥਾਂ ਵੀ ਆਏ ਹੋਏ ਆ। ਠੀਕ, ਪਰ ਅਸੀਂ ਜਿਹੜੇ ਆ ਅਸੀਂ ਅਜੇ ਈਵਨ ਸਿੱਖ ਅਖਵਾਉਣ ਵਾਲੇ ਵੀ ਪੂਰੀ ਤਰ੍ਹਾਂ ਜ਼ਿਆਦਾਤਰ ਮੁਕਤ ਨਹੀਂ ਹੋਏ। ਅੱਜ ਤੋਂ ਸ਼ਾਇਦ ਮੈਂ ਖਰ 30 ਸਾਲ ਹੋ ਗਏ ਹੋਣੇ ਨੇ, ਸ਼ਾਇਦ ਇੰਨਾ ਸਮਾਂ ਹੋ ਗਿਆ ਹੋਵੇ ਜੀ। ਔਰ ਮਲੇਰਕੋਟਲੇ ਦੇ ਲਾਗੇ ਪਿੰਡ 'ਚ ਘਟਨਾ ਵਾਪਰੀ ਸੀ ਕਿ ਇੱਕ ਸੋ ਕਾਲਡ ਨੀਵੀਂ ਜ਼ਾਤ ਦਾ ਇੱਕ ਬਜ਼ੁਰਗ ਜੀ, ਜਿਹੜਾ ਕਹਿ ਦਈਏ ਉਹ ਖੰਡੇ ਦੀ ਪੋਲ ਲੈਣ ਨੂੰ ਲਈ ਹੋਈ ਸੀ, ਉਹਨਾਂ ਨੇ ਚੜ੍ਹਾਈ ਕਰ ਗਿਆ। ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਤੋਂ ਸਰੂਪ ਲੈ ਕੇ ਉਹਨਾਂ ਨੇ ਪਾਠ ਕਰੇ ਪ੍ਰਾਰੰਭ ਕਰਾ ਦਿੱਤਾ ਜੀ। ਉਹ ਜਿਹੜੇ ਜ਼ਿਮੀਂਦਾਰ ਭਰਾ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਸੋ ਕਾਲ ਨੀਵੀਂ ਜਾਤ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚਲਾ ਗਿਆ, ਤਾਂ ਉਹਨਾਂ ਨੇ ਪ੍ਰੋਟੈਸਟ ਕੀਤਾ, ਬਕਾਇਦਾ ਉਹਨਾਂ ਮੀਟਿੰਗ ਬੁਲਾ ਲਈ। ਫਿਰ ਕਈਆਂ ਨੇ ਸਲਾਹ ਦਿੱਤੀ ਉੱਥੇ ਕਥਿਤ ਸਿਆਣਿਆਂ ਨੇ ਵੀ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਉਹਦੇ ਪ੍ਰਕਾਸ਼ ਪਾਠ ਆਰੰਭ ਹੋ ਗਿਆ ਜੀ, ਉਹ ਲਿਆਉਂਦੇ ਚੰਗਾ ਨਹੀਂ ਲੱਗਦੇ ਜੀ, ਵੀ ਇੱਦਾਂ ਕਰੋ ਵੀ ਜਦੋਂ ਭੋਗ ਪਊਗਾ ਲਿਆਉਣਗੇ ਤਾਂ ਉਹਨੂੰ ਦੂਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੱਖਰਾ ਰੱਖਿਆ ਜਾਏ ਤਾਂ ਕਿ ਜਿਹੜੇ ਦੂਜੇ ਗੁਰੂ ਗ੍ਰੰਥ ਸਾਹਿਬ ਉਹਨਾਂ ਪਿੱਟੇ ਜਾਣ, ਰਾਈਟ। ਹੁਣ ਤੁਸੀਂ ਦੇਖੋ ਕਿੱਥੇ ਕਿ ਜਿਸ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਮਹਾਂਪੁਰਸ਼ਾਂ ਦੀ ਬਾਣੀ ਆ ਜੀ, ਅਤੇ ਦੂਜੇ ਪਾਸੇ ਜਿਹੜਾ ਬਜ਼ੁਰਗ ਆ ਉਹ ਖੁਦ ਗੁਰੂ ਨੂੰ ਪ੍ਰਣਾਇਆ ਹੋਇਆ, ਤੁਸੀਂ ਉਹਦੇ ਬਾਰੇ ਅਸੀਂ ਸੋਚ ਰੱਖਦੇ ਤਾਂ ਗੁਰੂ ਨੂੰ ਵੀ ਤੁਸੀਂ ਪ੍ਰਿਸ਼ ਕਰ ਦਿੱਤਾ, ਰਾਈਟ, ਵੀ ਗੁਰੂ ਵੀ ਪਿੱਟਿਆ ਗਿਆ। ਉਹ ਖਾ ਕੋਈ ਨੌਜਵਾਨ ਨੂੰ ਪਤਾ ਲੱਗਾ, ਉਹਨੇ ਖੈਰ ਇਹਨਾਂ ਲੋਕਾਂ ਨੂੰ ਝਾੜੂ ਰੁਪਾਈ ਵਿਰੋਧ ਕੀਤਾ, ਗੱਲ ਠੱਪ ਹੋ ਗਈ ਜੀ, ਅੰਦਕੇ ਚੁੱਕਣ ਨੂੰ ਕਾਲੀ ਸੀ ਮੇਰਾ ਸੂ ਚੁੱਕ ਕੇ ਲਿਆਂਦਾ ਜਾਏ, ਰਾਈਟ। ਤੋ ਇੱਥੇ ਜਿਹੜੇ ਕਹਾਣੀ ਜੁੜੀ ਇਹ ਸ਼ਬਦ ਨਾਲ ਕਿ ਰੱਬ ਵੀ ਪ੍ਰਿਸ਼ਿਆ ਗਿਆ, ਮਤਲਬ ਗੁਰੂ ਤਾਂ ਅਸੀਂ ਗੁਰੂ ਬਾਰੇ ਤਾਂ ਮੰਨਦੇ ਹਾਂ ਵੀ ਗੁਰੂ ਵੀ ਪ੍ਰਿਸ਼ਿਆ ਜਾਂਦਾ ਇਸ ਤਰ੍ਹਾਂ, ਠੀਕ, ਰੱਬ ਨੂੰ ਵੀ ਪ੍ਰਿਸ਼ ਕਰ ਦਿੱਤਾ। ਪਰ ਫਿਰ ਜਦੋਂ ਭਗਤ ਜੀ ਨੇ ਫਿਰ ਸ਼ਬਦ ਉਚਾਰੇ ਆ ਜੀ, ਕਹਿੰਦੇ ਸ਼ਬਦ ਜਿਹੜਾ ਕਿਹਾ ਵੀ
ਤੋਈ ਮੋਹੀ ਮੋਹੀ ਤੋਈ ਅੰਤਰ ਕਹਿ ਸਾਹਿਬ ਕਹਿੰਦਾ ਅੰਤਰ ਤੇਰੇ ਮੇਰੇ ਘਰ ਬਾਅਦ 'ਚ ਫਿਰ ਇਹਦੇ 'ਚ ਲਿਖਿਆ ਹੋਇਆ ਕਿ ਰੱਬ ਨੇ ਕਿਹਾ ਮੈਂ ਚੋਜ ਕਰਦਾ ਸੀ ਤੁਹਾਨੂੰ ਪ੍ਰੀਖਿਆ ਲੈਂਦਾ ਸੀਗਾ ਪਰ ਫਿਰ ਵੀ ਕੁਝ ਵੀ ਕਿਹਾ ਜਾਏ ਪਰ ਜਿਹੜੀ ਗੱਲ ਆ ਉਹ ਬੁਨਿਆਦੀ ਤੌਰ 'ਤੇ ਗਲਤ ਆ ਬਿਲਕੁਲ ਉਥਾਨਕਾਂ ਲੋਕ ਜਿਹੜੇ ਪੁਰਾਣੇ ਵਿਦਵਾਨ ਸੀ ਉਹ ਇਸ ਲਈ ਸੁਣਾਉਂਦੇ ਹੁੰਦੇ ਸੀ ਤਾਂ ਕਿ ਸੌਖਾ ਭਾਵ ਜਿਹੜਾ ਉਹਨੂੰ ਸਮਝਿਆ ਜਾ ਸਕੇ ਜੀ ਪਰ ਕਈ ਉਥਾਨਕਾਂ ਇਸ ਤਰ੍ਹਾਂ ਦੀਆਂ ਫਿਰ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਸ਼ਬਦ ਕੁਝ ਕਹਿ ਰਿਹਾ ਅਤੇ ਉਹ ਉਥਾਨਕਾਂ ਜਿਹੜੀਆਂ ਸੀਗੀਆਂ ਉਹ ਕੁਝ ਕਹਿ ਰਹੀਆਂ ਸੀਗੀਆਂ ਰਾਈਟ ਤੋ ਰਲਗੜ ਜਿਹਾ ਹੋ ਗਿਆ ਤੋ ਅਸੀਂ ਕਹਿ ਰਹੇ ਨਾ ਉਥਾਨਕਾਂ ਜਾਂ ਇਹੋ ਜਿਹੀਆਂ ਜਿਹੜੀਆਂ ਸਾਖੀਆਂ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਸ਼ਬਦ ਵਿੱਚ ਜੋ ਕੁਝ ਕਿਹਾ ਜਾ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੱਬ ਨੂੰ ਸਿੱਧਾ ਹੀ ਸੰਬੋਧਨ ਕਰਕੇ ਆਖਿਆ ਆ ਜੀ ਕਿ ਜੋ ਪੈ ਹਮਨ ਪਾਪ ਕਰਾਂਤਾ ਅਹੇ ਅਨੰਤਾ ਅਨੰਤਾ ਦਾ ਭਾਵ ਅਨੰਤ ਬੇਅੰਤ ਜੀ ਹੇ ਬੇਅੰਤ ਪ੍ਰਭੂ ਜਾਓ ਜਾਓ ਪੈ ਜੇਕਰ ਜੇ ਅਸੀਂ ਪਾਪ ਨਾ ਕਰਦੇ ਜੀ ਪਤਿਤ ਪਾਵਣ ਨਾਮ ਕੈਸੇ ਹੁੰਦਾ ਹੁੰਦਾ ਤਾਂ ਪਾਵੇ ਤਾਂ ਹੁੰਦਾ ਪਤਿਤ ਪਾਵਣ ਪਤਿਤਾਂ ਨੂੰ ਪਾਵਣ ਕਰਨ ਵਾਲਾ ਪਵਿੱਤਰ ਕਰਨ ਵਾਲਾ ਜੀ ਜੇਕਰ ਅਸੀਂ ਪਾਪ ਨਾ ਕਰਦੇ ਤਾਂ ਤੂੰ ਪਤਿਤ ਪਾਵਣ ਕਿਵੇਂ ਅਖਵਾਉਂਦਾ ਜੀ ਤੂੰ ਤਾਂ ਹੀ ਪਤਿਤ ਪਾਵਣ ਅਖਵਾਉਣਾ ਕਿਉਂਕਿ ਅਸੀਂ ਪਾਪ ਕਰਨ ਵਾਲੇ ਹਾਂ ਔਰ ਤੂੰ ਸਾਡੇ ਪਾਪਾਂ ਨੂੰ ਬਖਸ਼ਣ ਵਾਲਾ ਜੀ ਇੱਥੇ ਗੱਲ ਹੋਰ ਕਿਉਂਕਿ ਪਤਿਤ ਸ਼ਬਦ ਆਇਆ ਸਾਡੇ ਬਨਾਮ ਪਾਠਕ ਹੀ ਨਹੀਂ ਸਰੋਤੇ ਹੀ ਨਹੀਂ ਬਲਕਿ ਕਈ ਵਾਰਾਂ ਵਿਦਵਾਨ ਵਰਗ ਦੇ ਵਿੱਚ ਕਈ ਸੱਜਣ ਜਿਹੜਾ ਇੱਥੇ ਭੁਲੇਖਾ ਖਾ ਜਾਂਦੇ ਆ ਜੋ ਖਾਲਸਾ ਹੀ ਬੋਲਿਆਂ ਵਿੱਚ ਕੋਈ ਸ਼ਬਦ ਵਰਤੇ ਗਏ ਆ ਜਿਹੜੇ ਖਾਲਸਾ ਰਹਿਤ ਨਾਲ ਸੰਬੰਧ ਰੱਖਦੇ ਆ ਜੀ ਕੁਝ ਸ਼ਬਦ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਭਾਵ ਕੁਛ ਹੋਰ ਆ ਜੀ ਖਾਲਸਾ ਰਹਿਤ ਵਿੱਚ ਉਹਨਾਂ ਨੂੰ ਵੱਖਰੇ ਭਾਵ ਅਰਥ ਵਿੱਚ ਲਿਆ ਗਿਆ ਜਿੱਦਾਂ ਪਤਿਤ ਸ਼ਬਦ ਆ ਪਤਿਤ ਜਦੋਂ ਖਾਲਸਾ ਰਹਿਤ ਵੀ ਵਰਤਿਆ ਜਾਂਦਾ ਉਹਦਾ ਭਾਵ ਬਿਲਕੁਲ ਡਿਫਰੈਂਟ ਹੈਗਾ ਜੀ ਪਰ ਜਿਹੜਾ ਪਤਿਤ ਗੁਰੂ ਗ੍ਰੰਥ ਸਾਹਿਬ ਸ਼ਬਦ ਵਰਤਿਆ ਗਿਆ ਉਹ ਡਿਫਰੈਂਟ ਭਾਵ ਵਿੱਚ ਆ ਪਰ ਇਹ ਅਸੀਂ ਪਤਿਤ ਜਦੋਂ ਖਾਲਸਾ ਰਹਿਤ ਵਿੱਚ ਆਖਿਆ ਗਿਆ ਤਾਂ ਇਹ ਕਿਸੇ ਦਾ ਕੋਈ ਅਪਮਾਨ ਕਰਨ ਲਈ ਨਹੀਂ ਦੂਜਿਆਂ ਲਈ ਜੀ ਬਲਕਿ ਇਹ ਖਾਲਸਾ ਰਹਿਤ ਦਾ ਅੰਗ ਆ ਉਹ ਜਿਹੜਾ ਉਸਨੂੰ ਭਾਂਕਰ ਦਾ ਬਜੇ ਕੁਰਿਆ ਤਾਂ ਵਿੱਚੋਂ ਕਰਦਾ ਉਹਨੂੰ ਕਹਿੰਦੇ ਪਤਿਤ ਹੋ ਗਿਆ ਰਾਈਟ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਿਹੜਾ ਪਤਿਤ ਉਹ ਸਾਰਿਆਂ ਲਈ ਆ ਉਹ ਤਾਂ ਹਰ ਮਾਈ ਭਾਈ ਲਈ ਆ ਠੀਕ ਚਾਹੇ ਕੋਈ ਉਹ ਖਾਲਸਾ ਰਹਿਤ ਰੱਖਦਾ ਨਹੀਂ ਰੱਖਦਾ ਜੋ ਵੀ ਇੱਕ ਇਨਸਾਨ ਆ ਜੀ ਈਵਨ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਤਿਤ ਸ਼ਬਦ ਆ ਇਹ ਖਾਲਸਾ ਰਹਿਤ ਰੱਖਣ ਵਾਲਿਆਂ ਉੱਤੇ ਵੀ ਢੁੱਕਦਾ ਉਹਨਾਂ ਨੂੰ ਆਪਸ਼ਨ ਨਹੀਂ ਗੀ ਇਹਦੇ 'ਚੋਂ ਜੀ ਪਰ ਖਾਲਸਾ ਰਹਿਤ ਕਿਉਂਕਿ ਵਿਸ਼ੇਸ਼ ਵਿਅਕਤੀ ਲਈ ਜਿਹੜੇ ਕਿ ਇਸ ਨੂੰ ਪ੍ਰਣਾਏ ਹੋਏ ਆ ਜੋ ਇਸ ਜਥੇਬੰਦੀ ਦਾ ਅੰਗ ਆ ਉਹਨਾਂ ਲਈ ਆ ਜੀ ਇਸ ਲਈ ਉਹਨਾਂ ਦੀ ਸ਼ਬਦਾਵਲੀ ਵਿੱਚ ਪਤਿਤ ਉਹਨੂੰ ਆਖਿਆ ਗਿਆ ਕਿ ਜਿਹੜਾ ਬਦਲ ਕੁਰਿਆਤਾਂ ਵਿੱਚੋਂ ਕੋਈ ਇੱਕ ਕੁਰਿਆਤ ਕਰਦਾ ਉਹਨੂੰ ਕਹਿੰਦੇ ਕਿ ਪਤਿਤ ਹੋ ਗਿਆ ਠੀਕ ਅਤੇ ਜੀ ਕਈ ਵੀਰਾਂ ਪਿਆਰ ਜਿਹੜੇ ਉਹ ਬੜਾ ਨਾਰਾਜ਼ ਹੋ ਜਾਂਦੇ ਇਸ ਗੱਲ ਨੂੰ ਵੀ ਸਾਨੂੰ ਪਤਿਤ ਆਖਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਉਦਾਹਰਣ ਦੇ ਦਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਤਾਂ ਹੈ ਹੀ ਉਹ ਸਾਰਿਆਂ ਲਈ ਆ ਉਹਦੇ ਵਿੱਚ ਜਿਹੜੇ ਖੰਡੇ ਦੀ ਭੋਲ ਲੈਣ ਵਾਲੇ ਵੀ ਆਉਂਦੇ ਆ ਤੋ ਇੱਥੇ ਪਤਿਤ ਪਾਵਣ ਜਦੋਂ ਸ਼ਬਦ ਵਰਤਿਆ ਇੱਥੇ ਅਤੇ ਉਸੇ ਜੋ ਆਮ ਗੁਰਬਾਣੀ 'ਚ ਭਾਵ ਵਰਤਿਆ ਗਿਆ ਕਿ ਪਤਿਤਾਂ ਨੂੰ ਨੀਚਾਂ ਨੂੰ ਜਿਹੜੇ ਆਪਣੇ ਆਦਰਸ਼ ਤੋਂ ਹੇਠਾਂ ਡਿੱਗ ਪੈਂਦੇ ਆ ਉਹਨਾਂ ਨੂੰ ਉਹ ਪਵਿੱਤਰ ਬਣਾਉਣ ਵਾਲਾ ਜੀ ਪਵਿੱਤਰ ਬਣਾਉਣ ਦਾ ਇੰਨਾ ਹੀ ਭਾਵ ਆ ਕਿ ਜਦੋਂ ਕੋਈ ਵੀ ਪ੍ਰਾਣੀ ਜਿਹੜਾ ਅਤ ਨੀਵਾਂ ਨੀਚ ਚਲਾ ਗਿਆ ਜੀ ਜਿਹੜਾ ਆਚਰਨਹੀਨ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸ਼ਿਕਾਰ ਹੋਇਆ ਪਿਆ ਜੇਕਰ ਉਹ ਰੱਬ ਦੇ ਨਾਮ ਨੂੰ ਰੱਬ ਦੇ ਗੁਣਾਂ ਨੂੰ ਉਹ ਅਪਣਾਉਂਦਾ ਉਹਨਾਂ ਨੂੰ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਅਪਣਾ ਲੈਂਦਾ ਜੀ ਤਾਂ ਰੱਬੀ ਗੁਣ ਉਹਨੂੰ ਉਹਨਾਂ ਨੀਵੀਆਂ ਖਾਹਿਸ਼ਾਂ ਤੋਂ ਖਸਲਾਂ ਤੋਂ ਉੱਪਰ ਉਠਾਉਣ ਦੀ ਸਮਰੱਥਾ ਰੱਖਦਾ ਪਤਿਤ ਪਾਵਣ ਦਾ ਇੰਨਾ ਹੀ ਅਰਥ ਆ ਰਾਈਟ ਨਾ ਕਿ ਕਿੰਨਾ ਮੈਂ ਆਖਾਂ ਤੂੰ ਪਤਿਤ ਪਾਵਣ ਪਤਿਤ ਪਾਵਣ ਹੋ ਜੂਗਾ ਨਹੀਂ ਪਾਵਾ ਉਹਨਾਂ ਗੁਣਾਂ ਨੂੰ ਉਹਨਾਂ ਗੁਣਾਂ ਵਿੱਚ ਜਿਹੜੀ ਸ਼ਕਤੀ ਆ ਸਮਰੱਥਾ ਕਿ ਸਾਡੇ ਅੰਦਰੋਂ ਜਿਹੜੀ ਮੈਲ ਜਿਹੜੀ ਆ ਉਹਨੂੰ ਧੋਣ ਦੇ ਸਮਰੱਥ ਆ ਬ੍ਰੇਕ ਦਾ ਸਮਾਂ ਆ ਗਿਆ ਜੀ ਲੈਂਦੇ ਹਾਂ ਬ੍ਰੇਕ 'ਚ ਵਾਪਸ ਆ ਕੇ ਇੱਥੋਂ ਹੀ ਕੰਟੀਨਿਊ ਕਰਦੇ ਹਾਂ ਕਿ ਭਗਤ ਜੀ ਇੱਥੇ ਕੀ ਕਹਿ ਰਹੇ ਨੇ ਅਤੇ ਕੀ ਸਾਨੂੰ ਸਮਝਣ ਦੀ ਲੋੜ ਹੈ ਜੀ ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295
ਗੁਰੂ ਗ੍ਰੰਥ ਸਾਹਿਬ ਜੀ ਦੇ 93 ਅੰਗ 'ਤੇ ਅੰਕਿਤ ਭਗਤ ਰਵਿਦਾਸ ਜੀ ਦਾ ਪਹਿਲਾ ਸ਼ਬਦ ਜੋ ਹੈ ਉਸਦੀ ਵਿਆਖਿਆ ਭਾਈ ਸਾਹਿਬ ਕਰ ਰਹੇ ਨੇ। ਆਓ ਇਸ ਸਫ਼ਰ ਵਿੱਚ ਮੁੜ ਤੋਂ ਜੁੜ ਕੇ ਹੋਰ ਜਾਣਕਾਰੀ ਲੈਂਦੇ ਜੀ ਭਾਈ ਸਾਹਿਬ। ਹਾਂਜੀ, ਰਹਾਉ ਦੀਆਂ ਪੰਗਤਾਂ ਦੇ ਅਰਥ ਕਰ ਰਹੇ ਸੀ ਦੇਖ ਤੋਂ ਪਹਿਲਾਂ ਕਿ ਜਿਹਦੇ ਕਹਿੰਦੇ ਜੋ ਪੈ ਹਮਨਾ ਪਾਪ ਕਰੰਤਾ ਇਹ ਅਨੰਤਾ ਪਤਨ ਪਾਵਨ ਨਾਮ ਕੈਸੇ ਹੁੰਦਾ ਜੀ, ਕਿ ਤੇਰਾ ਪਤਨ ਪਾਵਨ ਨਾਮ ਫਿਰ ਕਿਵੇਂ ਹੁੰਦਾ। ਰੱਬ ਦੇ ਜਿੰਨੇ ਵੀ ਨਾਂ ਉਹ ਕਿਰਤਮ ਨਾਵਾਂ ਕਲਪਿਤ ਕੀਤੇ ਹੋਏ ਨਾਮ ਆ। ਠੀਕ ਬਾਬਾ, ਕਿ ਰੱਬ ਦਾ ਕੋਈ ਨਾ ਕੋਈ ਗੁਣ ਵੇਖ ਕੇ ਉਹਦਾ ਨਾਮ ਮਨੁੱਖ ਨੇ ਰੱਖੇ ਆ ਜੀ। ਜੀ ਗੁਰਬਾਣੀ 'ਚ ਆਉਂਦਾ ਕਿ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੁਰਬਲਾ। ਜਿੰਨੇ ਵੀ ਨਾਮ ਆ, ਕਈ ਧਰਮਾਂ ਦੇ ਪੈਰੋਕਾਰ ਰੱਬ ਦੇ ਕੋਈ ਵਿਸ਼ੇਸ਼ ਨਾਮ ਮੰਨਦੇ ਆ ਜੀ, ਉਹੀ ਨਾਂ ਹੀ ਲੈਂਦੇ ਆ, ਉਸ ਤੋਂ ਇਲਾਵਾ ਕੋਈ ਹੋਰ ਨਾਮ ਲੈ ਕੇ ਰਾਜ਼ੀ ਨਹੀਂ, ਬਲਕਿ ਉਹਨੂੰ ਉਹ ਠੀਕ ਨਹੀਂ ਸਮਝਦੇ। ਉਹ ਕਈਆਂ ਦਾ ਇਹ ਬਿਲੀਵ ਸਿਸਟਮ ਆ ਕਿ ਰੱਬ ਦਾ ਇਹੀ ਨਾਂ ਹੋਰ ਕੋਈ ਨਾਂ ਹੈ ਹੀ ਨਹੀਂ। ਬਿਲਕੁਲ, ਪਰ ਗੁਰਬਾਣੀ ਵਿੱਚ ਜੈਸੇ ਮਹਾਂਪੁਰਸ਼ਾਂ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ ਜੀ, ਜਾਂ ਗੁਰਬਾਣੀ ਦਾ ਪਾਲਣ ਫਰਮਾਨ ਆ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਠੀਕ, ਕਿ ਜਿੰਨੇ ਵੀ ਤੇਰੇ ਤੇਰੀ ਕਿਸੇ ਵੀ ਸਿਫਤ ਨੂੰ ਵੇਖ ਕੇ ਜਿੰਨੇ ਵੀ ਕੋਈ ਤੇਰੇ ਨਾਮ ਨੂੰ ਪੁਕਾਰਿਆ, ਮੈਂ ਸਾਰਿਆਂ ਨਾਵਾਂ ਤੋਂ ਕੁਰਬਾਨ ਆ। ਤੂੰ ਭਗਤ ਜੀ ਇੱਥੇ ਫਿਰ ਇਹਦੀ ਵਿਆਖਿਆ ਕਰ ਰਿਹਾ ਅੱਗੇ ਜਿਹੜੇ ਸ਼ਬਦ ਦੇ ਪਦੇ ਆ, ਸ਼ੁਰੂ ਵਿੱਚ ਕਹਿੰਦੇ ਆ ਕਿ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਜੀ, ਤੂੰ ਹੀ ਮੋਹੀ ਤੇਰੇ ਵਿੱਚ ਮੇਰੇ ਵਿੱਚ, ਮੇਰੇ ਤੇਰੇ ਵਿੱਚ ਕਾਹਦਾ ਅੰਤਰ ਆ, ਕਿੰਨਾ ਕੁ ਅੰਤਰ ਆ ਬਾਬਾ? ਉਸ ਤਰ੍ਹਾਂ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਰਾਈਟ, ਫਰਕ ਵੀ ਨਹੀਂ ਆ। ਕਣਕ ਕਟਕ ਜਲ ਤਰੰਗ ਜੈਸਾ, ਜਿਸ ਤਰ੍ਹਾਂ ਕਣਕ ਸੋਨਾ ਔਰ ਸੋਨੇ ਤੋਂ ਬਣੇ ਕੜੇ ਆਦਿ ਕੰਗਣ ਆਦਿ ਜਿਹੜੇ ਆ, ਜਾਂ ਸੋਨੇ ਤੋਂ ਬਣੇ ਗਹਿਣੇ ਜਿਹੜੇ ਆ, ਦੇਖਣ ਨੂੰ ਲੱਗਦਾ ਵੀ ਕਿ ਵੱਖੋ ਵੱਖਰੇ ਤਰ੍ਹਾਂ ਗਹਿਣੇ ਵੇਖ ਕੇ ਲੱਗਦਾ ਜੀ ਕਿ ਸ਼ਾਇਦ ਵੱਖੋ ਵੱਖਰਾ ਰੂਪ, ਪਰ ਅਸਲ ਵਿੱਚ ਉਹ ਸੋਨਾ ਹੀ ਆ, ਸੋਨੇ ਦੇ ਵੱਖੋ ਵੱਖਰੇ ਗਹਿਣੇ ਆ ਜੀ। ਭਗਤ ਜੀ ਦਾ ਇੱਕ ਹੋਰ ਸ਼ਬਦ ਆ ਜੋ ਦੱਸ ਰਹੇ ਕਿ ਜਦੋਂ ਸਮਝ ਨਹੀਂ ਸੀ ਤਦੋਂ ਇਹ ਵੱਖਰਾਪਣ ਦੇ ਕੇ ਲੱਗਦਾ ਸੀਗਾ ਕਿ ਸਭ ਵੱਖੋ ਵੱਖਰਾ, ਪਰ ਅਨ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਪਰ ਹੁਣ ਜਦੋਂ ਸਮਝ ਲੱਗੀ ਤਾਂ ਪਤਾ ਲੱਗਾ ਨਹੀਂ, ਇਹ ਜਿਸ ਤਰ੍ਹਾਂ ਸਾਰਿਆਂ ਹਰ ਤਰ੍ਹਾਂ ਦਾ ਗਹਿਣਾ ਜਿਹੜਾ ਸੋਨੇ ਦੇ ਹੀ ਬਣੇ ਹੁੰਦੇ ਆ ਜੀ, ਅਤੇ ਗਹਿਣੇ ਵੱਖੋ ਵੱਖਰੇ ਆ। ਠੀਕ, ਇਸੇ ਤਰ੍ਹਾਂ ਜੀਵ ਜੰਤ ਜਿਹੜੇ ਆ ਇਹ ਰੂਪ ਰੰਗ ਆਕਾਰ ਵੱਖਰੇ ਆ, ਪਰ ਹੈ ਸਾਰੇ ਉਹਦੇ ਪਰਮਾਤਮਾ ਹੀ ਸਾਰਿਆਂ ਦਾ ਮੂਲ ਆ ਜੀ, ਉਹੀ ਸਾਰੇ ਥਾਂ ਵਿਆਪਕ ਆ। ਤਾਂ ਇੱਥੇ ਕਹਿ ਰਿਹਾ ਵਾਹਿਗੁਰੂ ਕਿ ਪਰਮਾਤਮਾ ਇੰਨਾ ਹੀ ਸਾਡੇ 'ਚ ਅੰਤਰ ਆ, ਹੋਰ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ, ਕਿ ਜਿੰਨਾ ਸੋਨਾ ਉਹ ਸੋਨੇ ਦੇ ਬਣੇ ਜਿਹੜੇ ਕੰਗਣ ਆ ਜੀ, ਜਾਂ ਜਿਹੜਾ ਜਲ ਆ ਤਰੰਗ ਲਹਿਰਾਂ, ਜਿੱਦਾਂ ਪਾਣੀ ਆ ਪਾਣੀ ਦੀ ਉੱਠਦੀਆਂ ਲਹਿਰਾਂ ਜੀ, ਲਹਿਰਾਂ ਪਾਣੀ ਤੋਂ ਵੱਖਰੀਆਂ ਨਹੀਂ ਹੁੰਦੀਆਂ। ਬਿਲਕੁਲ, ਪਰ ਇੰਝ ਲੱਗਦਾ ਦੇਖਣ ਨਾਲੋਂ ਸ਼ਾਇਦ ਲਹਿਰਾਂ ਦਾ ਕੋਈ ਵੱਖਰਾ ਰੂਪ ਆ, ਪਰ ਉਹ ਪਾਣੀ ਦਾ ਹੀ ਰੂਪ ਆ। ਅਸੀਂ ਵੀ ਵਾਹਿਗੁਰੂ ਤੇਰੇ ਤੋਂ ਵੱਖਰੇ ਨਹੀਂ, ਤੇਰਾ ਹੀ ਰੂਪ ਆ, ਤੇਰੇ ਤੋਂ ਵੱਖਰੇ ਬਾਹਰੇ ਹੋ ਹੀ ਨਹੀਂ ਸਕਦਾ ਜੀ। ਫਿਰ ਅਗਲੀਆਂ ਪੰਕਤੀਆਂ ਕਹਿੰਦੇ ਕਿ ਤੁਮ ਜੋ ਨਾਇਕ ਆਛੋ ਅੰਤਰਜਾਮੀ, ਅੰਤਰਜਾਮੀ ਦਿਲਾਂ ਦੀ ਬੁੱਝਣ ਵਾਲੇ ਜੇ ਵਾਹਿਗੁਰੂ, ਤੂੰ ਜਿਹੜਾ ਸਾਡਾ ਮਾਲਕ ਆ, ਸਾਡਾ ਸਵਾਮੀ ਆ, ਔਰ ਆਪਣਾ ਜਿਹੜਾ ਸਵਾਮੀ ਬਣਾ ਜੋ ਬਿਰਧ ਆ, ਤੂੰ ਉਹਦੀ ਪਾਲਣਾ ਕਰ। ਉਹ ਫਿਰ ਅੱਗੇ ਕਹਿੰਦੇ ਆ ਕਿ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ, ਮਾਲਕ ਨੂੰ ਵੇਖ ਕੇ ਪਛਾਣ ਲਈਦਾ ਕਿ ਇਹਦਾ ਸੇਵਕ ਇਹੋ ਜਿਹਾ ਹੋਊਗਾ। ਠੀਕ, ਔਰ ਸੇਵਕ ਤੋਂ ਮਾਲਕ ਦੀ ਪਹਿਚਾਣ ਹੁੰਦੀ ਆ ਜੀ, ਜਿਹੜੇ ਸੱਚਮੁੱਚ ਜਿਹੜੇ ਆ ਜਿਹੜੇ ਆਪਣੇ ਮਾਲਕ ਨਾਲ ਜੁੜੇ ਹੋਏ ਆ। ਜਿਵੇਂ ਅਸੀਂ ਜਦ ਇੱਕ ਪਹਿਲਾਂ ਐਪੀਸੋਡ 'ਚ ਗੱਲ ਕਰ ਰਹੇ ਹਾਂ ਕਿ ਜਿਹੜੇ ਸੇਵਕ ਆ, ਦਾਸ ਆ, ਭਗਤ ਆ ਜੀ, ਉਹਨਾਂ ਨੂੰ ਵੇਖ ਕੇ ਰੱਬ ਦੀ ਮਹਾਨਤਾ ਦਾ ਪਤਾ ਚੱਲਦਾ। ਰਾਈਟ, ਕਿ ਰੱਬ ਇਹੋ ਜਿਹੇ ਆ। ਹਾਂ, ਜਦੋਂ ਕੋਈ ਮਨੁੱਖ ਨਿਰਾਸ਼ ਹੋ ਜਾਂਦਾ, ਮਾਯੂਸ ਹੁੰਦਾ ਧਾਰਮਿਕ ਲੋਕਾਂ ਨੂੰ ਵੇਖ ਕੇ, ਇਸ ਲਈ ਇੱਕ ਨੇ ਆਖਿਆ ਆ ਕਿ ਮਨੁੱਖ ਰੱਬ ਤੋਂ ਮੁਨਕਰ ਇਸ ਕਰਕੇ ਹੋ ਰਿਹਾ ਕਿਉਂਕਿ ਜਿਸ ਰੱਬ ਦੇ ਬੰਦੇ ਇਹੋ ਜਿਹੇ ਆ ਉਹ ਤਾਂ ਰੱਬ ਵੀ ਚੰਗਾ ਨਹੀਂ ਹੋਣਾ, ਚੰਗਾ ਨਹੀਂ ਹੋਏਗਾ। ਠੀਕ, ਪਰ ਦੂਜਾ ਪਾਸਾ ਜਿਹੜਾ ਇੱਥੇ ਭਗਤ ਜੀ ਦੂਜਾ ਪਾਸਾ ਲੈ ਰਹੇ ਆ ਕਿ ਜਿਹੜੇ ਭਗਤ ਪ੍ਰਭੂ ਦੇ ਪਿਆਰੇ ਆ, ਜਿਹਨਾਂ ਜਿਹਨਾਂ ਦੇ ਗੋਬਿੰਦ ਦੇ ਉਹਦੇ ਉਹਦੇ ਕੰਮਾਂ 'ਚ ਕੋਈ ਅੰਤਰ ਨਹੀਂ, ਜਿਹਨਾਂ ਦੇ ਸੁਭਾਅ ਜਿਹਨਾਂ ਦੀ ਰਹਿਣੀ ਨੂੰ ਵੇਖ ਕੇ ਪਤਾ ਲੱਗ ਰਿਹਾ ਕਿ ਰੱਬ ਦੇ ਆ ਗੁਣ ਆ ਜੀ। ਤਾਂ ਇਹਨਾਂ ਦੋਨਾਂ ਤੋਂ ਪਛਾਣ ਹੁੰਦੀ ਆ, ਸੇਵਕ ਤੋਂ ਪਤਾ ਲੱਗਦਾ ਕਿ ਇਹਦਾ ਮਾਲਕ ਕਿਹੋ ਜਿਹੇ ਆ, ਔਰ ਮਾਲਕ ਦਾ ਤੋਂ ਪਛਾਣ ਹੁੰਦੀ ਆ ਸੇਵਕ ਦੀ। ਠੀਕ, ਤੋਂ ਭਗਤ ਜੀ ਇੱਥੇ ਉਸ ਓਤ ਪੋਤਤਾ ਦਾ ਜ਼ਿਕਰ ਕਰ ਰਹੇ ਆ। ਔਰ ਫਿਰ ਕਹਿੰਦੇ ਆ ਸਰੀਰ ਅਰਾਧਾ ਮੋਹ ਕੋ ਵਿਚਾਰ ਦੇਹੋ, ਸਰੀਰ ਅਰਾਧਾ, ਸਰੀਰ ਕਾਇਆ ਦੇ ਸਰੀਰ ਅਰਾਧਾ, ਸਰੀਰ ਅਰਾਧਾ ਦਾ ਅਰਥ ਭਾਵ ਇਹ ਹੈ ਕਿ ਜਿੰਨਾ ਚਿਰ ਮੇਰੇ ਸਰੀਰ ਸਵਾਸ ਆ ਜੀ, ਮੇਰੇ ਹੋਸ਼ੋ ਹਵਾਸ਼ ਆ, ਇਹ ਕਿਰਪਾ ਕਰ, ਤੂੰ ਮਿਹਰ ਕਰ ਮੇਰੇ ਮਾਲਕ ਕਿ ਮੈਂ
ਮੈਨੂੰ ਸੋਝੀ ਦੇ, ਮੋਕੋ ਵਿਚਾਰ ਦੇ ਉਹ, ਮੈਨੂੰ ਇਹ ਸੋਝੀ ਦੇ, ਸਮਝ ਦੇ ਜੀ ਕਿ ਮੈਂ ਉਹਨਾਂ ਚਿਰ ਤੈਨੂੰ ਆਰਾਧਦਾ ਰਹਾਂ। ਅਤੇ ਆਰਾਧਨ ਤੋਂ ਭਾਵ ਇਹਨੇ ਕਿ ਮਾਲਾ ਫੜ ਕੇ ਕਿਸੇ ਨੁੱਕਰ 'ਚ ਬਹਿ ਜਾਵਾਂ, ਜਿਵੇਂ ਪਹਿਲਾਂ ਜ਼ਿਕਰ ਕਰ ਆਏ ਹਾਂ ਕਿ ਭਗਤ ਜੀ ਅਖੀਰ ਤੱਕ ਆਪਣੀ ਕਿਰਤ ਕਰਦੇ ਰਹੇ, ਰਾਈਟ, ਉਹਨਾਂ ਨੇ ਆਪਣਾ ਪਿਤਾ ਪੁਰਖ ਇਹ ਧੰਦਾ ਛੱਡਿਆ ਨਹੀਂ। ਜਦਕਿ ਸਿੱਖ ਸੇਵਕ ਉਹਨਾਂ ਦੇ ਜਿਹੜੇ ਬੜੇ ਬੜੇ ਅਮੀਰ ਸੇਵਕ ਵੀ ਉਹਨਾਂ ਦੇ ਸੇਵਕ ਵੀ ਸੀਗੇ, ਰਾਈਟ, ਉਹ ਜਿਹੜੇ ਉਹਨਾਂ ਨੂੰ ਬੈਠਿਆਂ ਉਠਾਏ ਹਾਂ, ਬਹੁਤ ਲੋੜਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਸੀ, ਠੀਕ, ਪਰ ਭਗਤ ਜੀ ਨੇ ਜੇ ਕੋਈ ਆਇਆ ਵੀ ਤਾਂ ਉਹ ਲੋੜਵੰਦਾਂ ਦੀ ਉਹਨੂੰ ਸੇਵਾ ਕਰਨ ਲਈ ਪ੍ਰੇਰੇ ਆ ਕਿ ਜਦੋਂ ਮੇਰੀ ਸੇਵਾ ਕਰਨੀ ਆ ਤਾਂ ਆਹ ਲੋੜਵੰਦੀਆਂ ਲੋਕਾਂ ਦੀ ਸੇਵਾ ਕਰ, ਇਹਨਾਂ ਦੀ ਸੇਵਾ ਇਹ ਮੇਰੀ ਸੇਵਾ, ਠੀਕ। ਤਾਂ ਇੱਥੇ ਭਾਵ ਇਹ ਆ ਕਿ ਮੈਂ ਜਿੰਨਾ ਚਿਰ ਹੈਗਾ ਮੇਰਾ ਹਰੇਕ ਇੰਦਰਾ ਜਿਹੜਾ ਉਹ ਸੱਚ ਦਾ ਹੀ ਪ੍ਰਕਾਸ਼ ਉਹਦੇ ਤੋਂ ਹੁੰਦਾ ਰਹੇ ਜੀ। ਤਾਂ ਜਿੰਨਾ ਚਿਰ ਮੈਂ ਹਾਂ, ਵਾਹਿਗੁਰੂ ਮਿਹਰ ਕਰ, ਬਖਸ਼ਿਸ਼ ਕਰ, ਇਹ ਸੋਝੀ ਦੇ, ਮਤ ਦੇ, ਸਮਰੱਥਾ ਦੇ ਕਿ ਮੈਂ ਉਹਨਾਂ ਚਿਰ ਤੈਨੂੰ ਆਰਾਧਦਾਂ, ਤੇਰਾ ਸਿਮਰਨ ਕਰਦਾ ਰਹਾਂ ਜੀ। ਰਵਿਦਾਸ ਸਮਦਲ ਸਮਝਾਵੈ ਕਉ, ਸ਼ਬਦ ਦੀ ਅਖੀਰ ਪੰਕਤੀ ਵਿੱਚ ਕਹਿੰਦੇ ਆ ਕਿ ਇਹ ਰਵਿਦਾਸ ਇਸ ਤਰ੍ਹਾਂ ਬੇਨਤੀ ਕਰ ਜੀ, ਜੋਤਰੀ ਕਰ, ਸਮਦਲ ਦੇ ਪਾਓ, ਸਾਰਿਆਂ ਦਲਾਂ ਜਿਹੜਾ ਸਮਾਇਆ ਇੱਕ ਸਮਾਨ ਵਰਤਿਆ ਆ, ਰਾਈਟ, ਕਿ ਇਹ ਨਾਲ ਮੈਨੂੰ ਮੇਰੇ 'ਤੇ ਮਿਹਰ ਕਰ ਜੀ, ਕਿਉਂਕਿ ਤੇਰੀ ਸੋਝੀ ਜਿਹੜੀ ਆ ਉਹ ਤੇਰੇ ਨਾਲ ਜੁੜੇ ਹੋਏ ਪੁਰਾਣੀਆਂ ਰਾਹੀਂ ਸਾਨੂੰ ਮਿਲਦੀ ਆ, ਹਰ ਬੰਦੇ ਨੂੰ ਇਹ ਸਮਝ ਨਹੀਂ, ਸੋਝੀ ਨਹੀਂ, ਰਾਈਟ। ਤਾਂ ਮੈਨੂੰ ਇਹ ਸਮਰੱਥਾ ਦੇ, ਮੇਰੇ ਮਿਹਰ ਕਰ ਕਿ ਐਸੇ ਸੱਜਣਾਂ ਕੋਲ ਮੇਰਾ ਬਹਿਣ ਖਲੋਣ ਹੋਵੇ, ਤਾਂ ਕਿ ਉਹਨਾਂ ਕੋਲ ਬੈਠ ਕੇ ਮੈਂ ਵੀ ਜਿਹੜੀ ਸੋਝੀ ਆ ਹਾਸਲ ਕਰਕੇ ਜੀ, ਅਤੇ ਮੈਂ ਤੈਨੂੰ ਹਮੇਸ਼ਾ ਹੀ ਹਰ ਪਾਸੇ ਵੇਖ ਕੇ ਤੇਰੇ ਨਾਲ ਜੁੜਿਆ ਰਹਾਂ, ਭਾਵੇਂ ਤਾਂ ਜੁੜੇ ਹੀ ਹੋਏ ਹੀ ਆ, ਰਾਈਟ। ਪਰ ਮਹਾਂਪੁਰਸ਼ਾਂ ਦਾ ਇਹ ਢੰਗ ਆ ਕਿ ਇਹਨਾਂ ਨੇ ਆਪਣੇ ਉੱਤੇ ਟੁਕਾ ਕੇ ਬਿਲਕੁਲ ਸਮਝਾਉਣ ਦਾ ਯਤਨ ਕਰ, ਇਹਨਾਂ ਨੇ ਸਾਡੇ ਵਰਗਿਆਂ ਦੀ ਗੱਲ ਕੀਤੀ ਆ, ਬਿਲਕੁਲ, ਜਿਹੜੇ ਟੁੱਟੇ ਹੋਏ ਆ ਜੀ, ਜੁੜਿਆ ਹੋਇਆਂ ਨੇ ਟੁੱਟਿਆਂ ਹੋਇਆਂ ਨਾਲ ਖੜ੍ਹੇ ਹੋ ਕੇ ਇਹ ਗੱਲ ਜਿਹੜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਬਹੁਤ ਵੰਡਰਫੁਲ, ਇਹਨਾਂ ਦਾ ਪਹਿਲਾ ਸ਼ਬਦ ਆ ਜਿਹੜਾ, ਬਿਲਕੁਲ ਜੀ। ਸੋ ਅਗਲੇ ਹਫ਼ਤੇ ਅਸੀਂ ਦੂਸਰਾ ਸ਼ਬਦ ਜਿਹੜਾ ਹੈਗਾ ਭਗਤ ਰਵਿਦਾਸ ਜੀ ਦਾ, ਉਸਦੇ ਬਾਰੇ ਸਾਂਝ ਪਾਵਾਂਗੇ ਆਪਣੇ ਦਰਸ਼ਕਾਂ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7755, ਜਾਂ ਫਿਰ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਪਹੁੰਚ ਕਰ ਸਕਦੇ ਹੋ ਥਰੂ ਈਮੇਲ ਆਲਸੋ harpreetsingshow@gmail.com। ਧੰਨਵਾਦੀਆਂ ਤੁਹਾਡੀ ਕਿ ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਨੂੰ ਦੇਖਦੇ ਹੋ ਅਤੇ ਪਸੰਦ ਕਰਦੇ ਹੋ, ਪਰ ਹਮੇਸ਼ਾ ਹੀ ਸਾਡਾ ਇਹ ਯਤਨ ਰਹਿੰਦਾ ਕਿ ਅਸੀਂ ਗੁਰਬਾਣੀ ਦੇ ਜੋ ਮੂਲ ਸਿਧਾਂਤ ਜਿਹੜੇ ਨੇ ਉਹਨਾਂ ਨਾਲ ਜੁੜ ਕੇ ਅਸੀਂ ਸਮਝ ਸਕੀਏ ਅਤੇ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ 'ਤੇ ਲਾਗੂ ਕਰ ਸਕੀਏ। ਇਸ ਦੇ ਨਾਲ ਹੀ ਜੇਕਰ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਥਰੂ ਸਪੋਂਸਰਸ਼ਿਪ ਐਡਵਰਟਾਈਜ਼ਮੈਂਟ, ਤਾਂ ਜ਼ਰੂਰ ਸਪੋਰਟ ਕਰਨਾ 604-603-7555 'ਤੇ ਫੋਨ ਕਰ ਸਕਦੇ ਹੋ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।